वाहेगुरु जी का खालसा, वाहेगुरु जी की फतेह। गुरु की संगतां नूं बड़े प्यार सत्कार दे नाल वाहेगुरु जी का खालसा, वाहेगुरु जी की फतेह। आप जी समा कढ़ दे हो, बहुत धन्नवाद है। आपां जप बाणी दी विचार करदे आ रहे हैं तकरीबन पिछले 2-2.5 महीनियां तो। अज आपां जप बाणी दा 17वां पदा विचारना है, 17 नंबर स्टेंजा। असीं 16 तक विचार आए हैं जिहदे विच प्रमुख तौर ते साडा 16वां नंबर पदा मन्याया दे चार पदे और सुनिया दे चार पदे बड़ी महत्वपूर्ण विचार सी। ए देखो वैसे सारी बाणी इको जी है, इको जिहा सत्कार है, लेकिन कुछ जिहड़ा ज्ञान है वो ऐसा है कि जे आपां थोड़ा जिहा भी समझ लवांगे, जिदां सुनिया और मन्याया दे चार चार पदे ने, ਉਹ ਸਾਡੇ ਵਾਸਤੇ ਹੈਲਪਫੁਲ ਹੋਣਗੇ ਅਗਲੀ ਬਾਣੀ ਨੂੰ ਖੋਲਣ ਵਾਸਤੇ। ਕੁਛ ਸ਼ਬਦ ਜਿਵੇਂ ਪੰਜ ਪ੍ਰਵਾਨ, ਪੰਜ ਪ੍ਰਧਾਨ, ਉਹ ਵੀ ਸਾਡੇ ਵਾਸਤੇ ਹੈਲਪਫੁਲ ਨੇ ਅਗਲੇ ਸ਼ਬਦਾਂ ਦੇ ਵਿੱਚ। ਕਾਫੀ ਵਾਰੀ ਉਹ ਸ਼ਬਦ ਵਰਤੇ ਗਏ ਨੇ, ਸੋ ਆਪਾਂ ਜੇ ਉਹਨਾਂ ਨੂੰ ਯਾਦ ਰੱਖਾਂਗੇ, ਉਹਨਾਂ ਨੂੰ ਸਮਝ ਲਵਾਂਗੇ, ਸੋ ਜਿਹੜੀ ਅਗਲੀ ਅਗਲਾ ਜਿਹੜਾ ਬ੍ਰਹਮ ਗਿਆਨ ਹੈ ਉਹ ਸਾਡੇ ਵਾਸਤੇ ਸਮਝਣਾ ਸੌਖਾ ਹੋ ਜੂ। ਬਲਕਿ ਤੁਸੀਂ ਆਪ ਉਹਨਾਂ ਨੂੰ ਆਪ ਉਸ ਬਾਣੀ ਨੂੰ ਖੋਲ ਸਕਦੇ ਹੋਵੋਗੇ। ਬਸ ਇਹ ਥੋੜਾ ਜਿਹਾ ਜਿਹੜਾ ਲਫਜ਼ਾਂ ਦਾ ਔਰ ਮੈਂ ਕਹੂੰਗਾ ਦੁਨਿਆਵੀ ਲਫਜ਼ਾਂ ਦਾ ਔਰ ਅਧਿਆਤਮ ਦੇ ਲਫਜ਼ਾਂ ਦਾ ਹੀ ਅੰਤਰ ਹੈ। ਇਹ ਇਹ ਇਹੀ ਚੀਜ਼ ਆਪਾਂ ਸਮਝਣੀ ਹੈ। ਆਪਾਂ ਗੁਰਬਾਣੀ ਫਿਜ਼ੀਕਲ ਨਹੀਂ ਹੈ ਕਿਤੇ ਵੀ। ਹਾਂ ਕੁਛ ਐਗਜ਼ਾਮਪਲਸ ਸਿੰਬਲੀਆਂ ਜ਼ਰੂਰ ਲਈਆਂ ਨੇ, ਲੇਕਿਨ ਅਧਿਆਤਮ ਦੇ ਉੱਤੇ ਜ਼ਿਆਦਾ ਜਿਹੜਾ ਹੈ ਉਹ ਵਿਸ਼ਾ ਜਿਹੜਾ ਉਹਨਾਂ ਦਾ ਚੱਲਦਾ ਹੈ। ਜਿਵੇਂ ਜਿਵੇਂ ਲਫਜ਼ ਨੇ ਦਰਸ਼ਨ, ਹੁਣ ਆਪਾਂ ਆਮ ਨਹੀਂ ਕਹਿ ਦਿੰਦੇ ਵੀ ਵਾਹ ਜੀ ਅੱਜ ਦਿਨ ਬਹੁਤ ਵਧੀਆ ਚੜਿਆ ਭਾਈ ਸਾਹਿਬ ਤੁਹਾਡੇ ਦਰਸ਼ਨ ਹੋ ਗਏ, ਹੈ ਜੀ। ਫਿਰ ਲਫਜ਼ ਹੈ ਇਸ਼ਨਾਨ, ਆਪਾਂ ਕਹਿ ਦਿੰਦੇ ਹਾਂ ਜੀ ਸਿੰਘ ਸਾਹਿਬ ਕਿੱਥੇ ਨੇ ਜੀ, ਉਹ ਇਸ਼ਨਾਨ ਕਰ ਰਹੇ ਨੇ, ਥੋੜਾ ਜਿਹਾ ਠਹਿਰ ਕੇ ਤੁਹਾਡੇ ਨਾਲ ਗੱਲ ਕਰਨ। ਅੱਛਾ, ਇਹ ਹੁਣ ਆਪਾਂ ਦੁਨਿਆਵੀ ਲਫਜ਼ ਜਿਹੜੇ ਨੇ ਆਪਾਂ ਉਹ ਮੀਨਿੰਗਸ ਗੁਰਬਾਣੀ ਤੋਂ ਚੱਕ ਲਏ ਉਹ ਲਫਜ਼, ਔਰ ਦੁਨਿਆਵੀ ਲਫਜ਼ਾਂ 'ਚ ਉਹਨਾਂ ਨੂੰ ਇਸਤੇਮਾਲ ਕੀਤਾ। ਪਰ ਇਸ਼ਨਾਨ ਜਿਹੜਾ ਹੈ ਉਹ ਦੇਖਣਾ ਪਊਗਾ ਸਪੈਲਿੰਗ, ਉਹਦੇ ਨੰਨੇ ਨੂੰ ਔਂਕੜ ਹੈ, ਇਸ਼ਨਾਨ ਨੂੰ ਨੰਨੇ ਨੂੰ ਔਂਕੜ, ਦਰਸ਼ਨ ਉਹਦੇ ਨੰਨੇ ਨੂੰ ਔਂਕੜ ਹੈ। ਅਸੀਂ ਇਹ ਚੀਜ਼ਾਂ ਬੜੀਆਂ ਸਟ੍ਰਿਕਟਲੀ ਕਹਿੰਦੇ ਆ ਰਹੇ ਹਾਂ ਵੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇੱਕ ਸੰਸਾਰੀ ਲੈਵਲ ਦੇ ਉੱਤੇ ਬਾਣੀ ਨੂੰ ਖੋਲ੍ਹਣਾ, ਇੱਕ ਅਧਿਆਤਮ ਲੈਵਲ ਦੇ ਉੱਤੇ ਗੁਰਬਾਣੀ ਨੂੰ ਖੋਲ੍ਹਣਾ, ਉਹਦੇ ਉਹਦੇ ਖੁੱਲਣ, ਉਹਦੇ ਅਰਥ ਨਿਕਲਣ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੋਏਗਾ। ਅਸੀਂ ਕੱਲ ਹੀ ਕੋਈ ਸਾਡੇ ਸੱਜਣ ਬਹੁਤ ਕਰੀਬੀ ਅੱਛਾ ਇੱਕ ਸੈਕਿੰਡ ਹੋਲਡ ਕਰਿਓ, ਮੈਨੂੰ ਮੈਸੇਜ ਆਇਆ ਵੀ ਆਵਾਜ਼ ਬਹੁਤ ਘੱਟ ਆ ਰਹੀ ਹੈ। ਇਹ ਤਕਰੀਬਨ ਸਾਰਿਆਂ ਦੇ ਨਾਲ ਹੀ ਹੈ। ਇੱਕ ਵਾਰੀ ਸਿਮਰਤਪਾਲ ਜੀ ਤੁਸੀਂ ਦੇਖੋ ਇੱਥੇ ਚੈਟ 'ਚ ਮੈਸੇਜ ਪਾਓ ਜ਼ੂਮ ਤੇ ਜੇ ਆਵਾਜ਼ ਘੱਟ ਆ ਰਹੀ ਹੈ ਪਲੀਜ਼। ਇੱਕ ਸੈਕਿੰਡ ਇੱਥੇ ਹੀ ਆਪ ਜੀ ਆਪਾਂ ਸਾਰੇ ਕਰਦੇ ਹਾਂ। ਅੱਛਾ, ਆਪਣੇ ਆਪ ਨੂੰ ਅਨਮਿਊਟ ਕਰਕੇ ਵੀ ਦੱਸ ਸਕਦੇ ਹੋ, ਆਵਾਜ਼ ਸਾਰਿਆਂ ਨੂੰ ਠੀਕ ਸੁਣ ਰਹੀ ਹੈ ਜੀ?
ਜਸਕਿਰਨ ਕੌਰ ਜੀ ਓਕੇ ਓਕੇ ਗੁਰਵਿੰਦਰ ਸਿੰਘ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਹਰਜਿੰਦਰ ਸਿੰਘ ਜੀ ਆਪ ਜੀ ਦੇਖੋ ਕਿ ਆਪ ਦੇ ਕੰਪਿਊਟਰ ਦੀ ਜਾਂ ਫੋਨ ਦੀ ਆਵਾਜ਼ ਨਾ ਘੱਟ ਹੋਏ ਸੋ ਤੁਸੀਂ ਪਲੀਜ਼ ਉਹ ਚੈੱਕ ਕਰ ਲਓ ਬਾਕੀ ਸਾਰਿਆਂ ਨੂੰ ਆਵਾਜ਼ ਜਿਹੜੀ ਆ ਉਹ ਠੀਕ ਆ ਰਹੀ ਹੈ ਧੰਨਵਾਦ ਜੀ ਬਹੁਤ ਧੰਨਵਾਦ ਸੋ ਆਪਾਂ ਗੱਲ ਕਰ ਰਹੇ ਸੀ ਗੁਰਬਾਣੀ ਨੂੰ ਇੱਕ ਸੰਸਾਰੀ ਲੈਵਲ ਤੇ ਗੱਲ ਕਰਨੀ ਇੱਕ ਗੁਰਬਾਣੀ ਦੇ ਗਿਆਨ ਦੀ ਅਧਿਆਤਮ ਲੈਵਲ ਤੇ ਗੱਲ ਕਰਨੀ ਕੱਲ ਅਸੀਂ ਸਾਡੇ ਬਹੁਤ ਕਰੀਬੀ ਸੱਜਣ ਅਸੀਂ ਉਹਨਾਂ ਦੇ ਕੋਲ ਬੈਠੇ ਸੀ ਤੇ ਬੜਾ ਉਹਨਾਂ ਨੂੰ ਸ਼ੌਂਕ ਹੈ ਜਦੋਂ ਵੀ ਜਾਈਦਾ ਹੈ ਗੁਰਬਾਣੀ ਦੀਆਂ ਤੁਕਾਂ ਉਹਨਾਂ ਨੇ ਕੱਢ ਕੱਢ ਕੇ ਰੱਖੀਆਂ ਹੁੰਦੀਆਂ ਨੇ ਤੇ ਬੜਾ ਬੜਾ ਆਨੰਦ ਆਇਆ ਉਹਨਾਂ ਨਾਲ ਗੱਲਾਂ ਕਰਕੇ ਦੇਖੋ ਕਈ ਵਾਰੀ ਅਸੀਂ ਦੋਸ਼ ਨਹੀਂ ਦਿੰਦੇ ਕਿਸੇ ਨੂੰ ਇੱਕ ਸ਼ਬਦ ਅਸੀਂ ਕੱਲ ਵਿਚਾਰਿਆ ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਭੁਲਾਏ ਬੁੱਝੈ ਜਿਸ ਹੈ ਬੁਝਾਈ ਇਹ ਸ਼ਬਦ ਦੀ ਰਾਹ ਦੀ ਤੁਕ ਹੈ ਉਹ ਅਸੀਂ ਹੈਰਾਨ ਰਹਿ ਗਏ ਜਦੋਂ ਅਸੀਂ ਉਹਦੇ ਅਰਥ ਪੜ੍ਹੇ ਕਹਿੰਦੇ ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪਰਮਾਤਮਾ ਆਪ ਕੁਰਾਹੇ ਪਾਉਂਦਾ ਹੈ ਉਹੀ ਮਨੁੱਖ ਸਹੀ ਜੀਵਨ ਰਾਹ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝ ਬਖਸ਼ਦਾ ਹੈ ਉਹ ਠੀਕ ਹੈ ਇਹ ਦੁਨਿਆਵੀ ਚੀਜ਼ ਜਿਹੜੀ ਹੈ ਇਸ ਲੈਵਲ ਤੇ ਸੋਚਣਾ ਉਹਨਾਂ ਨੇ ਠੀਕ ਕੀਤਾ ਆਪਣੇ ਵੱਲੋਂ ਪਰ ਮੈਨੂੰ ਇਹ ਦੱਸੋ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਤ ਤੂੰ ਮੇਰਾ ਭਰਾਤਾ ਜਿਹੜਾ ਹੈ ਹੀ ਸਾਡੇ ਵਾਸਤੇ ਸਾਰਾ ਕੁਛ ਹੈ ਉਹ ਐਗਜ਼ਾਮਪਲ ਦੇ ਤੌਰ ਤੇ ਕੋਈ ਮਾਂ ਪਿਓ ਆਪਣੇ ਬੱਚੇ ਨੂੰ ਕਿਰਾਏ ਪਾਊਗਾ ਉਹ ਭਾਈ ਥੋੜਾ ਜਿਹਾ ਵੈਸੇ ਹੀ ਆਪਣੇ ਜਿਹੜੇ ਹੈ ਆਪਾਂ ਆਪਾਂ ਆਪਣਾ ਆਪ ਖੋਲੀਏ ਵਿਚਾਰੀਏ ਕਿ ਕੋਈ ਮਾਂ ਪਿਓ ਆਪਣੇ ਬੱਚੇ ਨੂੰ ਕਿਰਾਏ ਪਾਊਗਾ ਸਤਿਗੁਰ ਸਭਨਾ ਦਾ ਭਲਾ ਮਨਾਏਗਾ ਇਸ ਦਾ ਬੁਰਾ ਕਿਉਂ ਹੋਏ ਇਹੀ ਚੀਜ਼ਾਂ ਜਿਹੜੀਆਂ ਨੇ ਜਪ ਬਾਣੀ ਤੋਂ ਬਾਅਦ ਆਪਾਂ ਇੱਕ ਵਿਸ਼ਾ ਵਿਚਾਰਨਾ ਹੈ ਇਹਦੇ ਤੇ ਆਪਾਂ ਦੋ ਜਾਂ ਤਿੰਨ ਬੈਠਕਾਂ ਲਾਵਾਂਗੇ ਜਿਹਦਾ ਬਹੁਤ ਅੱਜ ਕੱਲ ਪ੍ਰਚਾਰ ਪ੍ਰਸਾਰ ਹੋ ਰਿਹਾ ਸੱਜਣ ਕਰ ਰਹੇ ਨੇ ਗੁਰਬਾਣੀ ਵਿਆਕਰਨ ਇਹ ਗੁਰਬਾਣੀ ਵਿਆਕਰਨ ਇਹ ਕਿਹੜੀ ਵਿਆਕਰਨ ਹੋਈ ਆਪਾਂ ਇਹ ਇਹਦੇ ਤੇ ਤਿੰਨ ਚਾਰ ਬੈਠਕਾਂ ਲਾਵਾਂਗੇ ਇਹ ਜਪ ਬਾਣੀ ਦੇ ਬਾਅਦ ਸੋ ਆਪਾਂ 16 ਪਦੇ ਵਿਚਾਰ ਕੇ ਆਏ ਹਾਂ ਜਪ ਬਾਣੀ ਦੇ ਜਿੱਦਾਂ ਮੈਂ ਗੱਲ ਕੀਤੀ ਔਰ ਇਹਨਾਂ ਨੂੰ ਆਪਾਂ ਅਧਿਆਤਮ ਲੈਵਲ ਤੇ ਵਿਚਾਰਦੇ ਆ ਰਹੇ ਹਾਂ ਕਿਸ ਤਰ੍ਹਾਂ ਗੁਰਬਾਣੀ ਨੂੰ ਗੁਰਬਾਣੀ ਦੇ ਨਾਲ ਖੋਲ ਕੇ ਕੋਈ ਸਟੋਰੀ ਕੋਈ ਸਾਖੀ ਕੋਈ ਕਹਾਣੀ ਆਪਾਂ ਵਿੱਚ ਐਗਜ਼ਾਮਪਲ ਨਹੀਂ ਲਾਈ ਦੀ ਵੀ ਆਹ ਸ਼ਬਦ ਤਾਂ ਲਿਖਿਆ ਕਿ ਆਹ ਆਹ ਚੀਜ਼ ਵਰਤੀ ਸੀ ਬਾਹਰੇ ਸ਼ਬਦ ਤਾਂ ਆਇਆ ਇਹ ਨਹੀਂ ਇਹ ਕੁਛ ਨਹੀਂ ਹੈ ਇੱਦਾਂ ਦਾ ਇਹ ਬ੍ਰਹਮ ਗਿਆਨ ਹੈ ਅਕਾਲ ਪੁਰਖ ਦੀ ਉਸਤਤ ਹੈ ਅਕਾਲ ਪੁਰਖ ਨੇ ਆਪ ਗਿਆਨ ਭੇਜਿਆ ਗੁਰੂ ਸਾਹਿਬਾਨਾਂ ਨੇ ਉਸੇ ਤਰ੍ਹਾਂ ਸਾਨੂੰ ਇਹ ਗਿਆਨ ਸਾਡੇ ਅੱਗੇ ਬਲੈਕ ਐਂਡ ਵਾਈਟ ਲਿਖ ਕੇ ਦਿੱਤਾ ਸਾਨੂੰ ਆਓ ਆਪਾਂ ਆਪਣੀ ਅੱਜ ਵਿਚਾਰ ਸ਼ੁਰੂ ਕਰੀਏ ਸਾਡੀ ਵਿਚਾਰ ਅੱਜ 17ਵਾਂ ਨੰਬਰ ਪਤਾ ਹੈ ਜਪ ਬਾਣੀ ਦਾ ਅਸੰਖ ਜਪ ਅਸੰਖ ਪਾਓ ਦਰਸ਼ਨ ਕਰੋ ਸਕਰੀਨ ਤੇ ਦੇਖੋ ਜਪ ਦੇ ਪੱਪੇ ਨੂੰ ਕੋਈ ਔਂਕੜ ਨਹੀਂ ਇਹ ਪਤਾ ਕੀ ਹੈ ਪਿੱਛੇ ਸਾਰਾ ਸ਼ਬਦਾਂ ਚ ਦੇਖੋ ਆਪਾਂ ਕੋਈ
100 125 ਦੇ ਕਰੀਬ ਮੇਰਾ ਅੰਦਾਜ਼ਾ ਹੈ ਸ਼ਾਇਦ ਫਿਗਰ ਥੱਲੇ ਉੱਤੇ ਹੋਵੇ। ਆਪਾਂ ਸ਼ਬਦ ਵਿਚਾਰਿਆ ਸੀ ਇਸ ਬਾਣੀ ਨੂੰ ਖੋਲਣ ਤੋਂ ਪਹਿਲਾਂ, ਔਰ ਇਸੇ ਬਾਣੀ ਨੂੰ ਖੋਲਣ ਤੋਂ ਪਹਿਲਾਂ ਆਪਾਂ ਸਿੱਧ ਗੋਸ਼ਟ, ਆਨੰਦ ਬਾਣੀ, ਸੋਲਾ, ਰਾਈਟ, ਆਪਾਂ ਉਹ ਬਾਣੀਆਂ ਵਿਚਾਰ ਕੇ ਆਏ ਹਾਂ। ਔਰ ਮੇਰਾ ਖਿਆਲ ਹੈ ਜੇ ਸਿੱਧ ਗੋਸ਼ਟ ਸਾਡੇ ਯਾਦ ਹੈ, ਅਸੀਂ ਵਿਚਾਰ ਸਾਰੀ ਉਹ ਧਿਆਨ ਨਾਲ ਸਰਵਣ ਕੀਤੀ ਹੈ, ਉਹਦੇ 'ਚ ਸਵਾਲ ਸਾਰੇ ਬਾਬੇ ਨਾਨਕ ਨੇ ਡਿਸਕਸ਼ਨ ਦੇ ਵਿੱਚ ਸਿੱਧਾਂ ਦੇ ਨਾਲ ਸਾਰੇ ਜਵਾਬ ਦਿੱਤੇ ਨੇ। ਹੁਣ ਇਹ ਜਿਹੜਾ ਪਦਾ ਹੈ ਨੰਬਰ 17, ਇਹ ਸਾਰਾ ਇਹਦਾ ਨਿਚੋੜ ਕੀ ਹੈ, ਇਹ ਪਹਿਲਾਂ ਆਪਾਂ ਗੱਲ ਕਰ ਲਈਏ। ਇਹ ਹੈ ਧਰਮ ਕਰਮ ਜੋ ਰਵਾਇਤੀ ਮਰਿਆਦਾ ਦੇ ਵਿੱਚ ਰਹਿ ਕੇ ਕਰਿਆ ਕਰਦੇ ਸੀ, ਉਸੇ ਚੀਜ਼ ਦਾ ਜ਼ਿਕਰ ਹੈ। ਫਿਰ ਮੈਂ ਰਿਪੀਟ ਕਰਦਾ, ਜਿਹੜਾ ਧਰਮ ਕਰਮ ਉਸ ਵੇਲੇ ਰਵਾਇਤੀ ਮਰਿਆਦਾ ਦੇ ਵਿੱਚ ਰਹਿ ਕੇ ਹੁੰਦਾ ਸੀ ਜਾਂ ਕਰਿਆ ਕਰਦੇ ਸੀ, ਇਹ ਸਾਰਾ ਉਸ ਦਾ ਜ਼ਿਕਰ ਹੈ। ਅਸੰਖ ਜਪ, ਅਸੰਖ ਭਾਉ। ਮੈਨੂੰ ਸੱਜਣਾ ਨੇ ਬੇਨਤੀ ਕੀਤੀ ਸੀ ਵੀ ਲਾਈਨ ਬਾਈ ਲਾਈਨ ਆਪਾਂ ਸਿੰਪਲ ਮੈਨਰ ਦੇ ਵਿੱਚ ਆਪਾਂ ਇਹਨੂੰ ਵਿਚਾਰੀਏ, ਜਿਹੜੀ ਐਗਜ਼ਾਮਪਲ ਲੈਣੀ ਹੈ ਉਹ ਬਾਅਦ ਚ ਆਪਾਂ ਲਈ। ਬਿਲਕੁਲ ਠੀਕ ਹੈ, ਦਰੁਸਤ ਹੈ, ਆਪਾਂ ਉਸੇ ਤਰ੍ਹਾਂ ਵਿਚਾਰ ਕਰਾਂਗੇ। ਅਣਗਿਣਤ ਹੀ ਤੇਰਾ ਜਾਪ ਕਰ ਰਹੇ ਨੇ, ਅਣਗਿਣਤ ਹੀ ਤੇਰੀ ਪ੍ਰੇਮਾ ਭਗਤੀ ਕਰ ਰਹੇ ਨੇ। ਭਾਓ ਅਸੰਖ ਜਪ, ਅਸੰਖ ਭਾਓ। ਪਰ ਹਾਂ, ਇਹ ਉਹ ਜਪ ਨਹੀਂ ਹੈ ਜਿਹਨੂੰ ਆਪਾਂ ਆਪਣੀ ਵਿਚਾਰ ਦੇ ਵਿੱਚ ਹਾਈਲਾਈਟ ਕਰਦੇ ਆ ਰਹੇ। ਇਹ ਪਤਾ ਕਿਹੜਾ ਜਪ ਹੈ? ਆਪਾਂ ਸ਼ਬਦ ਵਿਚਾਰ ਆਏ ਹਾਂ, ਬੜਾ ਆਪਾਂ ਇਹ ਸ਼ਬਦ ਬੜੀ ਡਿਟੇਲ ਦੇ ਵਿੱਚ ਵਿਚਾਰਿਆ। ਜਪ ਤਪ ਸੰਜਮ ਕਰਮ ਕਮਾਣੇ ਇਹ ਓਰੇ ਮੂਸੇ। ਜਪ ਤਪ ਸੰਜਮ ਕਰਮ ਕਮਾਣੇ ਇਹ ਓਰੇ ਮੂਸੇ, ਇਹ ਸ਼ਬਦ ਦੀ ਰਹਾਓ ਦੀ ਤੁਕ ਹੈ। ਮੈਨੂੰ ਕਿਰਪਾ ਕਰਕੇ ਸ਼ਬਦ ਕੱਢ ਲੈਂਦੇ ਹੋ, ਆਪਾਂ ਇਹਦੀ ਵਿਚਾਰ ਕਰਦੇ ਹਾਂ। ਸੋ ਜਿਹੜੇ ਜਪ ਨੂੰ ਆਪਾਂ ਹਾਈਲਾਈਟ ਕਰਦੇ ਆ ਰਹੇ ਹਾਂ, ਇਹ ਉਹ ਜਪ ਨਹੀਂ ਹੈ। ਮੈਂ ਤਾਂਹੀਓ ਸਟ੍ਰੈਸ ਦੇ ਰਿਹਾ ਕਿ ਆਪਾਂ ਜਦੋਂ ਵੀ ਬਾਣੀ ਵਿਚਾਰਨੀ ਹੈ, ਜਦੋਂ ਵੀ ਬਾਣੀ ਆਪਾਂ ਖੋਲਣ ਦੀ ਕੋਸ਼ਿਸ਼ ਕਰਨੀ ਹੈ, ਆਪਣੇ ਨੇਤਰਾਂ ਦੇ ਅੱਗੇ ਗੁਰਬਾਣੀ ਦੇ ਦਰਸ਼ਨ ਜ਼ਰੂਰ ਕਰੋ। ਆਪਾਂ ਥੋੜਾ ਜਿਹਾ ਜ਼ਿਕਰ ਜਿਹੜੀਆਂ ਛਾਪੇ ਦੀਆਂ ਮਿਸਟੇਕਸ ਦਾ ਵੀ ਕੀਤਾ ਸੀ, ਬੜੇ ਸੱਜਣਾਂ ਨੇ ਇਹਦੇ ਤੇ ਖੋਜ ਕਰ ਕਰਕੇ ਪੁਸਤਕਾਂ ਵੀ ਲਿਖੀਆਂ ਨੇ, ਬਹੁਤ ਧੰਨਵਾਦ ਹੈ। ਤੇ ਆਪਾਂ ਆਪ ਵੀ ਕੋਸ਼ਿਸ਼ ਕਰਨੀ ਹੈ। ਹਾਂਜੀ, ਹੁਣ ਇਹ ਦਰਸ਼ਨ ਕਰੋ, ਬਾਣੀ ਦੇ ਮਹੱਲੇ 5ਵੇਂ ਦਾ ਸ਼ਬਦ ਹੈ, ਪੋਥੀ ਪੰਨਾ ਨੰਬਰ 216 ਤੇ, ਗੌੜੀ ਮਾਲਾ ਮਹੱਲਾ 5ਵਾਂ। ਕਹਿੰਦੇ ਹਰ ਬਿਨ ਬਿਨ ਦੇ ਨੰਨੇ ਨੂੰ ਔਂਕੜ ਆ ਗਿਆ। ਹਰ ਜਿਹੜਾ ਹੈ ਇੱਥੇ ਸ਼ਬਦ ਦਾ ਲਖਾਇਕ ਹੈ। ਇੱਕ ਨਾਮ ਜਪਣ ਤੋਂ ਬਿਨਾਂ ਅਵਰ ਕਿਰਿਆ ਬਿਰਥੇ। ਬਾਬਾ ਨਾਨਕ ਵੀ ਇਹਨੂੰ ਇਸੇ ਤਰ੍ਹਾਂ ਕਹਿ ਰਹੇ ਸੀ। ਪਹਿਲਾਂ ਉਹ ਕਹਿ ਰਹੇ ਸੀ, ਜਪ ਹੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਹੂਬ ਹੂ। ਤੇ ਮਹੱਲਾ 5ਵਾਂ ਕਹਿ ਰਹੇ, ਹਰ ਬਿਨ ਅਵਰ ਕਿਰਿਆ ਬਿਰਥੇ। ਅੱਗੇ ਲਿਖਿਆ ਜੀ, ਜਪ ਤਪ ਸੰਜਮ ਕਰਮ ਕਮਾਣੇ ਇਹ ਓਰੈ ਮੂਸੈ ਰਹਾਓ ਮੂਸੇ। ਸੋ ਮੂਸੇ ਦਾ ਆਖਰੀ ਅਰਥ ਹੈ ਚੂਹਾ, ਚੂਹਾ। ਹਾਂਜੀ, ਸੋ ਇਹ ਇੱਥੇ ਟੁੱਕੇ ਜਾਣਗੇ, ਇੱਥੇ ਰਹਿ ਜਾਣਗੇ। ਦੇਖੋ ਕੈਸੇ ਕਮਾਲ ਦੇ ਲਫ਼ਜ਼ ਉਹਨਾਂ ਨੇ ਵਰਤੇ। ਨਾਮ ਜਪਣ ਤੋਂ ਬਿਨਾਂ ਬਾਕੀ ਜਿਹੜੇ ਜਪ ਤਪ, ਫੋਰ ਐਗਜ਼ਾਮਪਲ ਕਿੱਲੀਆਂ ਨਾਲ ਵਾਲ ਬੰਨ ਕੇ ਜਪ ਤਪ ਕਰਨੇ,
ਪਾਣੀ 'ਚ ਇੱਕ ਪੈਰ 'ਤੇ ਖੜੇ ਹੋ ਕੇ ਜਪ ਤਪ ਕਰਨੇ, ਸੰਜਮ ਕਹਿੰਦੇ ਹੈ ਕੋਡ ਆਫ ਕੰਡਕਟ, ਰਹਿਤ ਮਰਿਆਦਾ। ਸੰਜਮ ਦਾ ਅੱਖਰੀ ਅਰਥ ਹੈ ਪੰਜਾਬੀ ਦੇ ਵਿੱਚ ਰਹਿਤ ਮਰਿਆਦਾ, ਰਵਾਇਤੀ ਮਰਿਆਦਾ, ਜਿਹੜੀ ਕੋਈ ਇੱਕ ਕੋਡ ਆਫ ਕੰਡਕਟ ਬਣਾ ਲਿਆ ਵੀ ਆਹ ਕੰਮ ਅਸੀਂ ਇੱਦਾਂ ਕਰ। ਕਰਮ ਕਾਂਡ, ਇਹਨਾਂ ਦੀ ਕਮਾਈ ਕਰੀ ਜਾਣੀ। ਕਹਿੰਦੇ ਤੇ ਸਾਰਾ ਤੇਰਾ ਇੱਥੇ ਕੰਮ ਰਹਿ ਜਾਣਾ, ਇੱਥੇ ਪੰਡ ਤੇਰੇ ਨਾਲ ਨਹੀਂ ਜਾਣੇ। ਕਿਉਂ? ਪਹਿਲਾਂ ਲਿਖ ਦਿੱਤਾ ਹਰ ਬਿਨ ਅਵਰ ਕਿਰਿਆ ਬਿਰਤੇ। ਅੱਛਾ, ਹੁਣ ਆ ਜਾਓ, ਇਹ ਸ਼ਬਦ ਆਪਾਂ ਵਿਚਾਰ ਆਏ ਹਾਂ। ਆਪ ਜੀ ਪਿੱਛੇ ਆਪਣਾ ਯੂਟਿਊਬ ਦਾ ਅਕਾਊਂਟ ਖੋਲ ਕੇ ਇਹ ਸ਼ਬਦ ਦੁਬਾਰਾ ਜੇ ਕਿਸੇ ਨੇ ਵਿਚਾਰ ਸੁਣਨੀ ਹੋਵੇ ਸੁਣ ਸਕਦੇ ਹੋ। ਹੁਣ ਆਪਣੇ ਉੱਥੇ ਆ ਜਾਓ ਜੀ, ਪਦਾ ਨੰਬਰ 17 ਦੇ। ਅਸੰਖ ਜਪ ਅਸੰਖ ਭਾਉ। ਹੁਣ ਇਹ ਜਿਹੜੇ ਅਣਗਿਣਤ ਲੋਕ ਆਹ ਵਾਲਾ ਜਪ ਕਰ ਰਹੇ ਆ, ਰਵਾਇਤੀ ਮਰਿਆਦਾ ਦੇ ਅਨੁਸਾਰ ਜਿਹੜਾ ਹੋ ਰਿਹਾ, ਅਣਗਿਣਤੀ ਲੱਗੇ ਪਏ ਆ ਇਸ ਪਾਸੇ, ਅਣਗਿਣਤ ਹੀ ਪ੍ਰੇਮਾ ਭਗਤੀ ਦੇ ਵਿੱਚ ਲੱਗੇ ਪਏ ਆ। ਅਸੰਖ ਪੂਜਾ ਅਸੰਖ ਤਪਤਾਓ। ਬਹੁਤ ਪੁਜਾਰੀ ਜਿਹੜੇ ਹੈ, ਪੂਜਾ ਕਰ ਰਹੇ ਹੈ, ਔਰ ਬਹੁਤ ਹੀ ਲੋਕ ਸਖਤ ਤਪੱਸਿਆ ਕਰ ਰਹੇ। ਅਸੰਖ ਪੂਜਾ ਅਸੰਖ ਤਪਤਾਓ। ਦੈਟ ਇਜ਼ ਆਲਸੋ ਇਕੁਅਲੀ ਪਾਰਟ ਆਫ ਜਿਹੜੀ ਮੈਂ ਪਹਿਲਾਂ ਇਹਦਾ ਸਾਰੰਸ਼ ਬੋਲ ਆਇਆ ਕਿ ਧਰਮ ਕਰਮ ਜੋ ਰਵਾਇਤੀ ਮਰਿਆਦਾ ਦੇ ਵਿੱਚ ਰਹਿ ਕੇ ਕਰਿਆ ਕਰਦੇ ਸੀ ਜਾਂ ਹੋ ਰਿਹਾ ਹੈ, ਉਹਨਾਂ ਦੀ ਗੱਲ ਕਰ ਰਹੇ ਨੇ ਸਾਰੇ ਪਦੇ ਦੇ ਵਿੱਚ। ਅਣਗਿਣਤ ਹੀ ਤੇਰਾ ਜਾਪ ਕਰ ਰਹੇ ਨੇ ਰਵਾਇਤੀ, ਅਣਗਿਣਤ ਹੀ ਤੇਰੀ ਪ੍ਰੇਮਾ ਭਗਤੀ ਕਰ ਰਹੇ ਨੇ, ਬਹੁ ਗਿਣਤੀ ਪੁਜਾਰੀ ਪੂਜਾ ਕਰ ਰਹੇ ਨੇ, ਔਰ ਬਹੁ ਗਿਣਤੀ ਲੋਕ ਤੇਰੀ ਸਖਤ ਤਪੱਸਿਆ ਕਰ ਰਹੇ ਨੇ। ਅੱਛਾ, ਅੱਗੇ ਚਲੀਏ ਜੀ। ਅਸੰਖ ਗ੍ਰੰਥ ਮੁੱਖ ਵੇਦ ਪਾਠ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਦੇ ਬਹੁਤ ਸਾਰੇ ਪਾਠ ਹੋ ਰਹੇ ਨੇ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਦੇ ਬਹੁਤ ਸਾਰੇ ਪਾਠ ਹੋ ਰਹੇ ਨੇ। ਅਸੰਖ ਗ੍ਰੰਥ ਮੁੱਖ ਵੇਦ ਪਾਠ। ਬਹੁਤਾਤ ਹੀ ਲੋਕ ਯੋਗ ਸਾਧਨਾ ਚ ਜੁਟੇ ਨੇ। ਅਸੰਖ ਯੋਗ ਮਨ ਰਹੇ ਉਦਾਸ, ਔਰ ਮਨ ਕਰਕੇ ਦੁਨੀਆਂ ਤੋਂ ਉਪਰਾਮ ਨੇ, ਉਦਾਸ। ਬਹੁਤ ਹੀ ਲੋਕ ਯੋਗ ਸਾਧਨਾ ਚ ਜੁਟੇ ਨੇ ਔਰ ਬਹੁਤਾਤ ਹੀ ਮਨ ਕਰਕੇ ਦੁਨੀਆਂ ਤੋਂ ਉਪਰਾਮ ਨੇ। ਮੁੱਖ ਜਿਹੜਾ ਹੈ, ਮੁੱਖ ਦੇ ਖੱਖੇ ਨੂੰ ਸਿਹਾਰੀ ਹੈ। ਅਸੰਖ ਗ੍ਰੰਥ ਮੁੱਖੇ ਵੇਦ ਪਾਠ। ਇਹਨੀਆਂ ਵੀ ਮੂੰਹ ਦੇ ਨਾਲ, ਇਹ ਹੈ ਜ਼ਬਾਨੀ ਯਾਦ ਕਰ ਕਰਕੇ ਉਹਦੇ ਪਾਠ ਕਰ ਰਹੇ। ਜ਼ਬਾਨੀ ਯਾਦ ਕਰ ਕਰਕੇ ਉਹਦੇ ਪਾਠ ਕਰ ਰਹੇ। ਅਸੰਖ ਗ੍ਰੰਥ ਮੁੱਖੇ ਵੇਦ ਪਾਠ। ਅਸੰਖ ਯੋਗ ਮਨ ਰਹੇ ਉਦਾਸ। ਅੱਗੇ ਚਲੀਏ। ਅਸੰਖ ਭਗਤ ਗੁਣ ਗਿਆਨ ਵਿਚਾਰ। ਅਣਗਿਣਤ ਹੀ ਭਗਤ ਕੇਵਲ
ਭਗਤੀ ਕਰ ਰਹੇ ਨੇ ਗੁਣ ਗਿਆਨ ਵਿਚਾਰ। ਗੁਣ ਗਾਉਣੇ, ਗਿਆਨ ਦੀ ਮਦਦ ਦੇ ਨਾਲ ਵਿਚਾਰ ਕਰਨੀ ਹੀ ਭਗਤੀ ਹੈ। ਅਕਾਲ ਪੁਰਖ ਦੇ ਗੁਣ ਗਾਇਨ ਕਰ ਰਹੇ ਨੇ, ਭਗਤੀ ਕਰ ਰਹੇ ਨੇ, ਗਿਆਨ ਦੀ ਵਿਚਾਰ ਕਰ ਰਹੇ। ਅਸੰਖ ਸਤੀ ਅਸੰਖ ਦਾ ਤਾਰ, ਸਤੀ ਉਹ ਹੁੰਦੇ ਹੈ ਜਿਹੜੇ ਸੱਚੇ ਸੁੱਚੇ ਆਚਾਰ ਵਾਲੇ, ਜਿਹੜੇ ਆਪਣੇ ਕਰੈਕਟਰ ਦਾ ਆਪਣੇ 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 ਜਿਸ ਤਰ੍ਹਾਂ ਉਹਨਾਂ ਨੇ ਲੋਕਾਂ ਚ ਵਿਚਰਨਾ ਉਸ ਮੁਤਲਕ ਬਹੁਤ ਧਿਆਨ ਰੱਖਦੇ ਹੈ। ਕਿਸੇ ਤੋਂ ਕੋਈ ਚੀਜ਼ ਵਸਤ ਨਹੀਂ ਲੈਣੀ, ਆਪਣੀ ਹੀ ਕਿਰਤ ਕਰਕੇ ਉਹਨਾਂ ਨੇ ਖਾਣਾ, ਆਪਣਾ ਆਚਰਨ ਬਹੁਤ ਉੱਚਾ ਰੱਖਣਾ, ਬਹੁਤ ਅੱਛੀ ਗੱਲ ਹੈ। ਅਸੰਖ ਸਤੀ, ਐਸੇ ਵੀ ਲੋਕ ਅਨੇਕਾਂ ਨੇ, ਔਰ ਅਸੰਖ ਦਾਤਾਰ, ਐਸੇ ਵੱਡੇ ਵੱਡੇ ਦਾਨੀ ਪੁਰਖ ਵੀ ਬਹੁਤ ਨੇ, ਲੋਕ ਵੀ ਬਹੁਤ ਨੇ। ਅਸੰਖ ਸੂਰ ਮੋਹ ਭਖ ਸਾਰ, ਬਹੁਤਾਤ ਵਿੱਚ ਐਸੇ ਸੂਰਮੇ ਨੇ ਜਿਹੜੇ ਮੂੰਹ ਤੇ ਵਾਰ ਸਹਿਣ ਵਾਲੇ, ਛਾਤੀ ਡਾਹ ਦਿੰਦੇ ਨੇ ਅੱਗੇ, ਪਿੱਠ ਨਹੀਂ ਦਿਖਾਉਂਦੇ। ਅਸੰਖ ਸੂਰ ਮੋਹ ਭਖ ਸਾਰ, ਸੂਰਬੀਰ ਸੂਰੇ ਜਿਹੜੇ ਮੂੰਹ ਤੇ ਵਾਰ ਸਹਿੰਦੇ ਆ, ਪਿੱਠ ਨਹੀਂ ਦਿਖਾਉਂਦੇ। ਅਸੰਖ ਮੋਹ ਨੇ ਲਿਵਲਾਏ ਤਾਰ, ਅਨੇਕਾਂ ਲੋਕ ਚੁੱਪ ਸਾਧਨਾ ਦੇ ਵਿੱਚ ਇੱਕ ਟੱਕ ਸਮਾਧੀ ਲਾਉਣ ਵਾਲੇ ਮੋਨੀ ਵੀ ਨੇ, ਮੌਨ ਚੁੱਪ ਧਾਰੀ ਬੈਠੇ ਨੇ। ਕੁਦਰਤ ਕਵਣ ਕਹਾ ਵਿਚਾਰ, ਮੈਂ ਕੁਝ ਵੀ ਨਹੀਂ ਕਹਿ ਸਕਦਾ, ਕੇਵਲ ਤੇਰੀ ਬੰਦਗੀ ਹੀ ਕਰ ਸਕਦਾ ਹਾਂ। ਕੁਦਰਤੇ ਕਵਣ ਕਹਾ ਵਿਚਾਰ, ਮੈਂ ਕਹਿ ਕੁਝ ਨਹੀਂ ਸਕਦਾ, ਕੇਵਲ ਤੇਰੀ ਬੰਦਗੀ ਕਹਾ ਵਿਚਾਰ, ਤੇਰੀ ਬੰਦਗੀ ਹੀ ਕਰ ਸਕਦਾ ਹਾਂ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੈਨੂੰ ਪਾਉਂਦਾ ਹੈ ਉਸ ਵਿੱਚ ਹੀ ਮੇਰੀ ਭਲਾਈ ਹੈ। ਜੋ ਤੁਧ ਭਾਵੈ ਸਾਈ ਕਲੀ ਭਲੀਕਾਰ, ਤੇਰੇ ਹੁਕਮ ਵਿੱਚ ਦੁਨੀਆਂ ਦੇ ਉਤਰਾਅ ਚੜਾਅ ਆਉਂਦੇ ਨੇ, ਪਰ ਤੂੰ ਸਦਾ ਕਾਇਮ ਹੈ। ਕੁਦਰਤ ਕਵਣ ਕਹਾਂ ਵਿਚਾਰ, ਮੈਂ ਕੇਵਲ ਤੇਰੀ ਬੰਦਗੀ ਹੀ ਕਰ ਸਕਦਾ, ਹੋਰ ਕੋਈ ਵਿਚਾਰ ਨਹੀਂ ਦੇ ਸਕਦਾ, ਕਹਿ ਨਹੀਂ ਸਕਦਾ। ਜੋ ਤੈਨੂੰ ਪਾਉਂਦਾ ਉਸ ਵਿੱਚ ਹੀ ਮੇਰੀ ਭਲਾਈ ਹੈ, ਤੇਰੇ ਹੁਕਮ ਵਿੱਚ ਦੁਨੀਆਂ ਦੇ ਉੱਤੇ ਉਤਰਾਅ ਚੜਾਅ ਆ ਰਹੇ ਨੇ, ਪਰ ਤੂੰ ਸਦਾ ਵਾਸਤੇ ਕਾਇਮ ਦਾਇਮ ਹੈ, ਤੂੰ ਸਦਾ ਸਲਾਮਤ ਨਿਰੰਕਾਰ, ਸਦਾ ਅਟਲ ਹੈ। ਇਸ ਚੀਜ਼ ਨੂੰ ਕਦੇ ਇਹ ਸਾਡਾ ਪਦਾ ਨੰਬਰ 17 ਹੋ ਗਿਆ। ਬੜਾ ਸਿੰਪਲ ਮੈਨਰ ਦੇ ਵਿੱਚ ਲਾਈਨ ਬਾਏ ਲਾਈਨ ਅਸੀਂ ਵਿਚਾਰ ਦਿੱਤਾ, ਅੱਗੇ ਚੱਲਦੇ ਹਾਂ। ਪਦਾ ਨੰਬਰ 18, ਪਦਾ ਨੰਬਰ 18 ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕਰਨੀ ਹੈ ਉਹਦਾ ਸਾਰਾਂਸ਼ ਹੈ ਕਿ ਸੁਸਾਇਟੀ ਦੀਆਂ ਜਿਹੜੀਆਂ ਗਿਰੀਆਂ ਹੋਈਆਂ ਗੱਲਾਂ ਦਾ ਜ਼ਿਕਰ ਹੈ। ਹਾਂ, ਇੱਕ ਮੈਨੂੰ ਮੈਨੂੰ ਮੈਸੇਜ ਆਇਆ, ਇੱਕ 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 ਸੈਕਿੰਡ ਇੱਕ ਸੈਕਿੰਡ ਆਪਾਂ ਪਿੱਛੇ ਜਾਂਦੇ ਹਾਂ।
ਆਪਾਂ ਉਹ ਲਾਈਨ ਬੜੀ ਡਿਟੇਲ ਦੇ ਵਿੱਚ ਵਿਚਾਰ ਕੇ ਆਏ ਹਾਂ ਪਿਛਲੇ ਪਦੇ ਦੇ ਵਿੱਚ, ਏਕ ਵਾਰ ਜਿਹੜਾ ਹੈ ਜ਼ਿਕਰ, ਏਕ ਵਾਰ ਵਾਰਿਆ ਨੂੰ ਜਾਵਾਂ, ਏਕ ਵਾਰ ਇਸੇ ਜ਼ਿੰਦਗੀ ਵਿੱਚ। ਆਪਾਂ ਪਹਿਲਾਂ ਵੀ ਦੱਸਿਆ ਸੀ, ਇਸੇ ਜ਼ਿੰਦਗੀ ਵਿੱਚ ਹੀ ਬੇਨਤੀ ਰੂਪ ਹੋ ਕੇ ਇਬਾਦਤ ਕਰਕੇ ਜੀਵਨ ਸਫਲ ਕਰਨਾ, ਵਾਰਿਆ ਜਾਣਾ, ਘੋਲੀ ਜਾਣਾ, ਘੁੰਮ ਘੁੰਮ ਜਾਣਾ, ਕੁਰਬਾਨ ਜਾਣਾ, ਬਲਿਹਾਰ ਜਾਣਾ, ਇਹ ਕੇਵਲ ਤੇ ਕੇਵਲ ਭਗਤੀ ਹੈ। ਹੋਰ ਕਿਸੇ ਵੀ ਤਰੀਕੇ ਇਹ ਲਫ਼ਜ਼ ਆਪਾਂ ਦੁਨਿਆਵੀ ਤੌਰ ਤੇ ਨਹੀਂ ਇਹਨਾਂ ਦਾ ਅਰਥ ਕੱਢ ਸਕਦੇ, ਕਿਉਂਕਿ ਇਹਨਾਂ ਨੂੰ ਇਹਨਾਂ ਦੀ ਦਿੱਖ ਨਹੀਂ ਹੈ ਸਾਡੇ ਸਾਹਮਣੇ। ਕੁਰਬਾਨ ਜਾਣਾ ਕਿੱਦਾਂ ਜਾਓਗੇ, ਕਿੱਦਾਂ ਸਾਨੂੰ ਨਜ਼ਰ ਆਏਗਾ ਵੀ ਕੁਰਬਾਨ ਹੋ ਗਿਆ। ਘੋਲੀ ਜਾਣਾ, ਘੁੰਮ ਘੁੰਮ ਜਾਣਾ, ਬਲਿਹਾਰ ਜਾਣਾ, ਏਕ ਵਾਰ ਇਸੇ ਜੀਵਨ ਦੇ ਵਿੱਚ, ਇਸੇ ਜ਼ਿੰਦਗੀ ਦੇ ਵਿੱਚ ਬੇਨਤੀ ਰੂਪ ਹੋ ਕੇ ਇਬਾਦਤ ਕਰਕੇ ਆਪਣਾ ਜੀਵਨ ਸਫਲਾ ਕਰ। ਸੋ ਏਕ ਵਾਰ ਦਾ ਜਿਹੜਾ ਮੀਨਿੰਗ ਹੈ ਉਹ ਇਹ ਹੋਏਗਾ। ਅੱਗੇ ਚਲੀਏ ਪਦਾ ਨੰਬਰ 18। ਸੋ ਇਸ ਪਦੇ ਦੇ ਵਿੱਚ ਜਿਹੜੀਆਂ ਸੋਸਾਇਟੀ ਦੀਆਂ ਬਹੁਤ ਹੀ ਡਿੱਗੀਆਂ ਹੋਈਆਂ ਗੱਲਾਂ ਸੀ ਉਹਨਾਂ ਦਾ ਜ਼ਿਕਰ ਬਾਬੇ ਨੇ ਕੀਤਾ। ਅਸੰਖ ਮੂਰਖ ਅੰਧਕੋ, ਕਹਿੰਦੇ ਬਹੁ ਗਿਣਤੀ ਮੂਰਖਾਂ ਦੀ ਹੈ ਔਰ ਬਹੁ ਗਿਣਤੀ ਹੀ ਘੋਰ ਗਿਆਨੀਆਂ ਦੀ ਹੈ। ਅਸੰਖ ਚੋਰ ਹਰਾਮ ਖੋਰ, ਬਹੁਤਾਤ ਦੇ ਵਿੱਚ ਹਰਾਮ ਦਾ ਮਾਲ ਖਾਣ ਵਾਲੇ ਚੋਰ ਨੇ। ਅਸੰਖ ਅਮਰ ਕਰ ਜਾਹੇ ਜੋਰ, ਬਹੁ ਗਿਣਤੀ ਦੇ ਵਿੱਚ ਹੁਕਮਰਾਨ ਜ਼ਬਰ ਜ਼ੋਰ ਨਾਲ ਵਧੀਕੀਆਂ ਕਰ ਰਹੇ ਨੇ। ਹਿੰਦੁਸਤਾਨ ਦੇ ਹਾਲਾਤ ਸਾਡੇ ਸਾਹਮਣੇ, ਪੁਰਾਣਾ ਇਤਿਹਾਸ ਸਾਡੇ ਸਾਹਮਣੇ ਹੈ। ਅਸੰਖ ਅਮਰ ਕਰ ਜਾਹੇ ਜ਼ੋਰ, ਹੁਕਮਰਾਨ ਜ਼ਬਰ ਜ਼ੋਰ ਦੇ ਨਾਲ ਵਧੀਕੀਆਂ ਕਰ ਰਹੇ ਨੇ, ਕਰਦੇ ਸੀ, ਕਰਦੇ ਰਹਿਣਗੇ, ਕੈਰੈਕਟਰ ਹੈ, ਸੁਸਾਇਟੀ ਦੀ ਗੱਲ ਹੈ। ਭਗਤੀ ਤੋਂ ਬਿਨਾਂ ਇਹ ਹੋਏਗਾ, ਭਗਤੀ ਤੋਂ ਬਿਨਾਂ ਕਰੈਕਟਰ ਨਹੀਂ ਹੋਏਗਾ, ਭਗਤੀ ਤੋਂ ਬਿਨਾਂ ਮਾਇਆ ਹੀ ਮਾਇਆ ਪਸਰੇਗੀ, ਔਰ ਇਹ ਸਾਰਾ ਮਾਇਆ ਦਾ ਹੀ ਪਸਾਰਾ ਹੈ। ਹੰਕਾਰ, ਕਾਮ, ਕ੍ਰੋਧ, ਉਹਦੇ ਵਿੱਚ ਹੀ ਸਾਰਾ ਕੁਛ ਆਏਗਾ। ਅਸੰਖ ਅਮਰ ਕਰ ਜਾਹੇ ਜੋ, ਧੱਕੇ ਦੇ ਨਾਲ ਜ਼ਬਰ ਜ਼ੋਰ ਦੇ ਨਾਲ ਵਧੀਕੀਆਂ ਕਰਨੀ। ਅਸੰਖ ਗਲ ਵੱਢ ਹੱਤਿਆ ਕਮਾਏ, ਬਹੁਤ ਸਾਰੇ ਲੋਕ ਜੀਵ ਹੱਤਿਆ ਕਮਾ ਰਹੇ ਨੇ। ਇੱਕ ਤੇ ਨੈਚੁਰਲ ਹੈ ਨਾ ਵੀ ਅਸੀਂ ਸਾਹ ਲੈਂਦੇ ਹਾਂ, ਇੱਕ ਰਵਾਇਤੀ ਮਰਿਆਦਾ ਜਿਵੇਂ ਪਿੱਛੇ ਜ਼ਿਕਰ ਹੋਇਆ ਉਹਦੇ ਨਾਲ ਗੱਲਾਂ ਜੋੜ ਲੈਣੀਆਂ ਵੀ ਆਹ ਬਲੀ ਦੇਣੀ ਪੈਣੀ ਹੈ, ਝੋਟੇ ਦੀ ਬਲੀ ਦੇਣੀ ਹੈ, ਊਠ ਦੀ ਬਲੀ ਦੇਣੀ ਹੈ, ਕੱਟਿਆਂ ਦੀ ਬਲੀ ਦੇਣੀ ਹੈ, ਬੱਕਰਿਆਂ ਦੀ ਬਲੀ ਦੇਣੀ ਹੈ। ਬਹੁਤਾਤ ਲੋਕ ਜਿਹੜੇ ਹੈ ਉਹ ਇਸ ਤਰ੍ਹਾਂ ਬਲੀਆਂ ਦੇ ਕੇ ਜੀਵ ਹੱਤਿਆ ਕਰ ਕਰਕੇ ਇਹੀ ਕਮਾਈ ਕਰੀ ਜਾ ਰਹੇ ਹੈ। ਅਸੰਖ ਪਾਪੀ ਪਾਪ ਕਰ ਜਾਏ, ਐਸੇ ਪਾਪੀ ਵੀ ਬਹੁਤ ਨੇ ਜੋ ਨਿਰਾ ਪਾਪ ਹੀ ਕਰਦੇ ਨੇ, ਉਹਨਾਂ ਦੀ ਸੁਰਤ ਦੂਸਰੇ ਪਾਸੇ ਜਾਂਦੀ ਨਹੀਂ ਹੈ। ਚੋਰੀ ਕਰ ਕਰਕੇ, ਲੋਭ ਲਾਲਚ ਵਸ ਆ ਕੇ, ਧੱਕੇ ਦੇ ਨਾਲ ਬਹੁਤ ਸਾਰਾ ਅਰਬਾਂ ਖਰਬਾਂ ਮਿਲੀਅਨ ਬਿਲੀਅਨ ਟ੍ਰਿਲੀਅਨ ਕਮਾ ਲਏ, ਪਰ ਉਹ ਲਾਲਸਾ ਅਜੇ ਵੀ ਨਹੀਂ ਜਾ ਰਹੀ ਅੰਦਰੋਂ। ਉਹਨੂੰ ਲੱਗ ਰਿਹਾ ਵੀ ਇਹ ਸਾਰਾ ਕੁਛ ਮੇਰਾ ਹੀ ਹੈ, ਪਤਾ ਹੀ ਨਹੀਂ ਵੀ ਕਦੋਂ ਛੱਡ ਕੇ ਚਲੇ ਜਾਣਾ। ਉਹਨੂੰ ਲੱਗ ਰਿਹਾ ਵੀ ਸਾਰਾ ਕੁਛ ਮੇਰਾ ਹੀ ਹੈ, ਮੈਂ ਹੋਰ ਇਕੱਠਾ ਕਰ ਲਾਂ। ਪ੍ਰੈਜੈਂਟ ਟਾਈਮ ਵੀ ਸਾਡੇ ਸਾਹਮਣੇ, ਇੰਡੀਆ 'ਚ ਦੇਖ ਲਓ, ਇੱਥੇ ਦੇਖ ਲਓ, ਕਿਤੇ ਵੀ ਦੇਖ ਲਓ,
पाप बिरती की गल की है, क्योंकि उन्हों का ध्यान उन्होंने दूजे पासे लाना नहीं है, वो इन्ने ज्यादा वो लीन होए होंगे है अंध अग्ञान दे विच, कूड़ दे विच, कि उन्होंने प्रेमा भगती सुझदी नहीं है। संख पापी पाप कर जाए। अच्छा अगे लिखे असंख कूड़ियार, कूड़े फिरा है। ओ बहुतात ही जेड़े है कूड़ बोल रहे ने, ते ओ कूड़ दे विच ही, कूड़े दे विच ही रुझे पए ने, झूठ दे विच ही रुझे पए ने, झूठ दे वणजारे ने, झूठ विच प्रविरत होए फिरदे ने। असंख मलेच मल पख खाहे, मलेच होंदे आ भ्रिष्ट बुद्धि वाले, इन्हां दी गिनती भी घट नहीं है। वह गंधी गंध बकदे चले जाते हैं, गंधी गंध खाई चले जाते हैं। असंख निंदक सिर करें भार, निंदक पराई बदखोई करन वाले निंदिया दा भार चुकी फिरदे ने। ये भी एक बहुत वड्डा भार है। ये एक्चुअली एक सेकंड मैनू एदी एक एग्जाम्पल याद आ रही है, आपां ओ विचारदे हां। असंख निंदक सिर करें भार, ये मैं इत्थे एग्जाम्पल लैनी चाहूंगा। पर का बुरा ना राखो चीत, तुमको दुख नहीं पाई मीत। मैं किते किते चीजां जिहड़ियां ने ना ये याद आ जांदियां ने गुरबाणी चों, और फिर एक गल करनी बनती है, क्योंकि वो गल जे साडे याद रह जे ते साडे बड़े बड़े कम आउंदी है गल। एवरीडे दिन च कई कई बारी साडे काम आएगी। कहिंदे पर का बुरा ना राखो ची, किसी का बुरा ना सोचो अपने मन दे विच, बुरा ना तक्को किसी का। इन्ना ही काम करन दे नाल तुमको दुख नहीं पाई मीत, तुमको दुख नहीं पाई मीत। ये सहाई होएगी गल जे असी किसी की निंदिया चुगली नहीं करते, ये साढ़े जीवन दे विच, साढ़े करैक्टर दे विच बहुत वड्डी हैल्प होएगी। ट्रस्ट मी, गुरबाणी लिखी है ब्लैक एंड वाइट दे विच। सो ये चीजा सानू याद रखनिया पैणगियां। कोशिश करिया करो कि ये गल्लां असी रोज पढ़िए, रोज विचारीए। हाँ ए, 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 एक मदद जरूर होएगी कि आपां ये अखरी अर्थ भी जान लईए। कोई जे अखरी अर्थ कर रहा है उन्हां नूं सुझिए बुझिए सुनिए बड़े प्यार दे नाल, इहदे पिछे भी बड़ी खोज हुंदी है। जे कोई चीज नहीं लगती उन्हूं बार बार मैं बेनती करता हुंना भी पुछो पुछो पुछो। असंख निंदक सर करें पार, वो निंदिया कर करके ही, चुगली कर करके ही, वो कहणगे गल पता किदा करनगे, अच्छा अच्छा भाई साहब जी निंदिया नहीं मैं उदां गल करदा, वो गल कदी है गल करके ही सिर ते भार चढ़ा। वो असी कौन भी किसी नूं जज करन वाले, कोई किन्ना ईमानदार है, कोई किन्ना बेईमान है, कोई किन्ना चोर है, कोई किन्ना लुटेरा है, कोई किन। हाँ उहदी झलक सानू मिल जाएगी, सानू अकल वाहिगुरु ने बख्शी है, असी उहदे किन्ना नेड़े रहना है, किन्ना उस तों दूर रहना, ये असी अपनी अकल वरत के काम करना। असंख निंदक सिरे करें भार, कई लोग निंदिया कर करके ही, पराई बदखोई कर करके सिर ते भार चुकी फिरदे ने। नानक
कक्के नूं औंकड़, नानक अपनी गल कर रहा है। अत गरीबी विच आ के नाम जपन ते प्रेमा भगती करन वास्ते प्रेरदे ने। नानक कह रहा है कि नीच बन बन के प्रेमा भगती करी जाओ, नीच बन के। नानक कक्के नूं औंकड़ अपनी गल कर रहे है कि मैं की करदा हाँ, मैं नीच बन के प्रेमा भगती करदा हाँ। और ओही उपदेश साढ़े वास्ते विचारो, केवल ते केवल बंदगी करनी, केवल ते केवल शब्द का अभ्यास करना, केवल ते केवल भगती दे मार्ग ते चलना, बेनती रूप होके नीच होके अपने आप नूं वड्डा मन के नहीं, अपने आप नूं ज्ञानी मन के नहीं, अपने आप नूं संत मन के नहीं, अपने आप नूं कीर्तनीय मन के नहीं, अपने आप नूं गरीब बन के नीच बन के वारिया न जावा। एक वार जो तुद पावै साई पलिकार, तू सदा सलामत निरंकार। कई गल्लां इथे इथे साढ़े दो पदे अज 17 ते 18 जेड़े है उन्हां दे विचार खत्म हुंदी है। कई गल्लां जेड़ियां ने सानू बाणी दा असी खोज कुछ होर रहे हुन्ने आ और विच सानू मिल कुछ होर जांदा। एक शब्द मैं आप जी नाल सिर्फ रहाओ दी तो थोड़ा जिहा शब्द सांझा करन लगा। वो चीज कल ही साढ़े सामने, कल ही फिर साडी मेरे बहुत अजीज टोरंटो रहिंदे आ उहनां दे नाल विचार चलदी सी और कल ही साढ़े सामने आया कि एक कीर्तनिया जिहड़ा है, कीर्तनिया की होया। असीं बड़ा कह दिंदे आ जी बड़े कीर्तनी जिथे आउणगे दरबार लाउणगे, पर होया की कीर्तनिया इहनूं? किते असीं उही गल ते नहीं बई दुनियावी और अध्यात्म दे विच कोई इहदा फर्क है लफ्ज़ दा? यह शब्द है जी महले पंजवें दा, राग रामकली महला पंजवां, पोथी पन्ना नंबर 885 ते। कहिंदे भलो भलो रे कीर्तनिया। थोड़ी जी जस्ट डेफिनेशन मैं जिदा वो दुनियावी ते अध्यात्म दे अखरां दी जिहड़ी है थोड़ी जी एग्जाम्पल दित्ती सी कि कीर्तनिया की है, कीर्तनिया कौन है। कीर्तनिया दा अर्थ है केवल ते केवल प्रभु दी कीर्ति करन वाला। बाबा नानक सी जिवें, गुरु साहबान, सारे भगत या होर जिहड़े प्रेरणा लैके ज्ञान लैके जिहड़े भगत जन ऐस प्रेमा भगती दे विच रुझे ने, ओह ने कीर्तनिया। प्रभु दी कीर्ति करन वाले, प्रभु दी कीर्ति ऐसे तन दे विच रह के करन वाले, ऐसे तन दे विच होने वाली प्रभु की कीर्ति अपने घर रह के, मतलब अंदर ही मन दे विच, ओ कीर्तनिया भला है, सब तो चंगा है जिहड़ा राम रमा रामा गुण गाओ, जो सर्वव्यापी परमात्मा दे गुण गाउंदा है, परमात्मा दी प्रेमा भगती करदा है, जो सर्वव्यापी परमात्मा दा नाम जपदा है। की अगे छोड़ माया के तंद सवाओ, जिहड़ा माया तो उपराम हो गया, जिन्हें मन नूं माया तो कढ के प्रभु विच लीन कर दिता है, वह है कीर्तनिया। असीं ते हरेक नूं कही जाने हैं कीर्तनिया कीर्तनिया कीर्तनिया, पर माया माया चो निकलिया हो किते, की निशानी उहदी, किस तरह वह कीर्तनिया है? सो ये लफ्जां दा बड़ा ध्यान रखना। फिर अगे कहिंदे ओंकार एक धुन एक है राग गगे नूं औंकड़ अलापै। कहिंदे ओह कोई उहनूं कत्ती राग नहीं आउंदे, ओह इको ही राग अलापी जांदा सारा दिन, इको उहदा राग है वाहे गुरु वाहे गुरु वाहे गुरु। राग नाद छोड़ हर सेवी है। कहिंदे एकादशी एक दिखावै एको रहिया व्यापै, एका सुरत एका ही सेवा एको गुरते जापै। उहदी सुरत सिर्फ परमात्मा दे नाम दे विच है, वह सिर्फ प्रभु की इबादत कर रहा है, गुरु पासों ज्ञान लैके सिर्फ परमात्मा का नाम जप रहा है, उन्हूं किया कीर्तनिया।
ਸੋ ਇਹ ਗੱਲਾਂ ਆਪਾਂ ਸਾਰਿਆਂ ਨੇ ਆਪ ਹੀ ਵਿਚਾਰਨੀਆਂ ਨੇ। ਬਾਣੀ ਆਪ ਪੜ੍ਹੋ, ਬਾਣੀ ਨੂੰ ਆਪ ਵਿਚਾਰਨ ਦੀ ਕੋਸ਼ਿਸ਼ ਕਰੋ। ਹਾਂ, ਕੋਈ ਹੈਲਪ ਜ਼ਰੂਰ ਕਰ ਸਕਦਾ ਹੈ, ਕਿਸੇ ਦੀ ਮਦਦ ਜ਼ਰੂਰ ਮਿਲ ਸਕਦੀ ਹੈ, ਲੇਕਿਨ ਇਹ ਐਸਾ ਰਾਸਤਾ ਹੈ, ਐਸਾ ਭਵ ਸਾਗਰ ਹੈ, ਇਹਨੂੰ ਕ੍ਰੋਸ ਤੁਹਾਨੂੰ ਆਪ ਹੀ ਕਰਨਾ ਪੈਣਾ। ਕੋਈ ਉਂਗਲ ਫੜ ਕੇ ਤੁਹਾਨੂੰ ਕ੍ਰੋਸ ਨਹੀਂ ਕਰਾ ਸਕਦਾ। ਕ੍ਰੋਸ ਕਰਨਾ ਕੀ ਹੈ? ਮਾਇਆ ਤੋਂ ਨਿਕਲ ਕੇ ਅਸੀਂ ਉਹ ਇੱਕ ਪਤਾ ਨਹੀਂ ਕੋਈ ਪੁਰਾਣਾ ਵਾਰਸ ਸ਼ਾਹ ਜਾਂ ਬੁੱਲੇ ਸ਼ਾਹ ਦਾ ਕੋਈ ਕਲਾਮ ਪੜ੍ਹਦੇ ਹੁੰਦੇ ਆ, ਹਾਂ ਬੁੱਲਿਆ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਮਾਇਆ ਚੋਂ ਅਸੀਂ ਆਪਣੇ ਆਪ ਨੂੰ ਕੱਢ ਕੇ ਪ੍ਰਭੂ ਵਾਲੇ ਪਾਸੇ ਲਾਉਣਾ, ਆ ਇੰਨੀ ਗੱਲ ਹੈ ਬਸ। ਮਨ ਨੂੰ ਤਬਦੀਲ ਕਰਨਾ ਹੈ, ਪਰ ਇਹ ਗਿਆਨ ਸਭ ਤੋਂ ਵੱਡਾ ਮਦਦਗਾਰ ਹੈ ਇਹਦੇ ਚ, ਨਾਮ ਅਭਿਆਸ ਸਭ ਤੋਂ ਵੱਡਾ ਮਦਦਗਾਰ ਹੈ। ਗੁਰਬਾਣੀ ਆਪ ਪੜ੍ਹੋ, ਕੋਸ਼ਿਸ਼ ਕਰੋ ਸਮਝਣ ਦੀ। ਸਾਡੀ ਆਪਣੀ ਬੋਲੀ ਦੇ ਵਿੱਚ ਲਿਖੀ ਹੋਈ ਹੈ, ਜੇ ਬੋਲੀ ਨਹੀਂ ਆਉਂਦੀ ਪੂਰੀ, ਬੋਲੀ ਨੂੰ ਸਿੱਖਣ ਦੀ ਕੋਸ਼ਿਸ਼ ਕਰੋ। ਬੋਲੀ ਵਾਸਤੇ ਬਹੁਤ ਕੁਛ ਅਵੇਲੇਬਲ ਹੈ, ਡਿਕਸ਼ਨਰੀਜ਼ ਅਵੇਲੇਬਲ ਨੇ, ਔਖੇ ਅੱਖਰਾਂ ਦੇ ਅਰਥ ਅਵੇਲੇਬਲ ਨੇ। ਇਹਨਾਂ ਨੂੰ ਸਮਾਂ ਦਿਓ ਔਰ ਜ਼ਰੂਰ ਆਪ ਕਰਨ ਦੀ ਕੋਸ਼ਿਸ਼ ਕਰੋ। ਸੋ ਆਪਾਂ ਅੱਜ 17 ਤੇ 18 ਪਦੇ ਵਿਚਾਰ ਆਏ ਹਾਂ। ਤਕਰੀਬਨ ਆਪਣਾ 50% ਜਿਹੜੀ ਇਹ ਬਾਣੀ ਹੈ ਇਹ ਪੂਰੀ ਹੋ ਜਾਣੀ ਹੈ ਅਗਲੀ ਵਾਰੀ ਤੱਕ। ਮੈਂ ਵੀ ਆਸ ਕਰਦਾ ਕਿ ਆਪ ਜੀ ਇਸ ਪਾਸੇ ਲੱਗ ਕੇ ਆਪਣਾ ਸਮਾਂ ਕੱਢ ਰਹੇ ਹੋ, ਔਰ ਸਮਾਂ ਠੀਕ ਹੈ ਕੱਢ ਰਹੇ ਹੋ, ਲੇਕਿਨ ਇਹਨੂੰ ਸਫਲ ਵੀ ਬਣਾਓ, ਆਪ ਪੜ੍ਹ ਕੇ ਔਰ ਆਪ ਕਰਕੇ ਥੋੜਾ ਥੋੜਾ ਟਾਈਮ ਜ਼ਰੂਰ ਦਿਓ। ਅਸੀਂ ਹੋਰਨਾਂ ਚੀਜ਼ਾਂ ਨੂੰ ਆਪਣੇ ਆਪ ਨੂੰ ਆਪਣਾ ਮੂੰਹ ਸਵਾਰਨ ਨੂੰ ਬਹੁਤ ਟਾਈਮ ਲਾ ਦਿੰਦੇ ਹਾਂ, ਆਪਣੇ ਹੋਰ ਘਰਾਂ ਦੇ ਕੰਮ ਕਰਨ ਨੂੰ ਬਹੁਤ ਟਾਈਮ ਲਾ ਦਿੰਦੇ ਹਾਂ, ਪਰ ਇਹਦੇ ਲਈ ਵੀ ਟਾਈਮ ਕੱਢੋ ਥੋੜ੍ਹਾ ਜਿਹਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।